उन्होंने अपने लाई है जब की किया वैसे बंदे ने कहना कि उन्होंने मैं अपने नाल नु लाई ते मेरा नाम अरुण जी सिंह है ते ये साडा बाग है जी जेड़ा सी ठेके देता सी अगे ते रामपाल पुत्र गनी राम पठानकोट दा रहण वाला ते कुछ बंदे साडे ना वैर रखदे पिंड च ये जरनैल सिंह ते उहदा उहदा बेटा हैगा गुरप्रीत सिंह उन्होंने अपने खेत दे नाल नु अग लाई ते नाल ही साडे बाग नु लग गई ਕਿੰਨਾ ਕੁ ਸੋਹਣਾ ਆ ਸਾਡੇ ਕਿਲੋ ਦਾ 200 ਬੂਟੇ ਸੜ ਗਏ ਜੀ ਕਾਲੇ ਬੂਟੇ ਇਹ ਆਲੂ ਬੁਖਾਰੇ ਦੇ ਲੀਚੀ ਦੇ ਕਿੰਨਾ ਕੁ ਨੁਕਸਾਨ ਮੰਨਦੇ ਹੋ ਇਹਦਾ ਇਹਦਾ ਕਰੀਬ 4 ਲੱਖ ਦਾ ਨੁਕਸਾਨ ਹੈਗਾ ਜੀ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਕਿ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਏ ਜਿਹੜਾ ਸਾਡਾ ਨੁਕਸਾਨ ਹੋਇਆ ਸਾਡੇ ਜਿਹੜੇ ਬੂਟੇ ਹੋ ਗਏ ਜਿਹਨਾਂ ਇਹਨਾਂ ਨੂੰ 4 ਸਾਲ 5 ਸਾਲ ਦੀ ਮਿਹਨਤ ਲੱਗੀ ਹੈ ਇਹਦੀ ਭਰਪਾਈ ਕੀਤੀ ਜਾਏ ਪੁਲਿਸ ਨੂੰ ਹਾਂ ਬਾਗਬਾਨੀ ਵਿਭਾਗ ਨੂੰ ਕੀਤੀ ਹੈ ਅਸੀਂ ਸੋਮਵਾਰ ਨੂੰ ਬਾਗਬਾਨੀ ਵਿਭਾਗ ਨੂੰ ਕੀਤੀ ਸੀ ਸ਼ਨੀਵਾਰ ਦੀ ਲਾਸਟ ਸੈਚਰਡੇ ਦੀ ਕੰਪਲੇਂਟ ਦਿੱਤੀ ਪਈ ਇੱਥੇ ਮਾਰਚ ਵੀ ਹੋ ਗਈ ਹੈ ਪਰ ਅਜੇ ਤੱਕ ਕੋਈ ਬੰਦਾ 6-7 ਦਿਨ ਹੋ ਗਿਆ ਮੌਕਾ ਦੇਖਣ ਵੀ ਨਹੀਂ ਆਇਆ ਇਹ ਜੀ ਕੱਲ੍ਹ ਸਾਨੂੰ ਪਤਾ ਲੱਗਾ ਵੀ ਅਮਰਜੀਤ ਸਿੰਘ ਹੁਣੀ ਨੇ ਖੋਖਰ ਪਿੰਡ ਤੋਂ ਉਹਨਾਂ ਦੇ ਬਾਗ ਦੇ ਵਿੱਚ ਕਿਸੇ ਨੇ ਅੱਗ ਲਾ ਦਿੱਤੀ ਉਹਦੀ ਵੈਰੀਫਿਕੇਸ਼ਨ ਲਈ ਪੁਲਿਸ ਪਾਰਟੀ ਗਈ ਸੀ ਅਤੇ ਹੁਣ ਬੰਦਿਆਂ ਨੂੰ ਉੱਥੋਂ ਵੈਰੀਫਾਈ ਕਰ ਰਹੇ ਹਾਂ ਵੈਰੀਫਾਈ ਕਰਨ ਤੋਂ ਬਾਅਦ ਜੋ ਵੀ ਬੰਦੇ ਦੋਸ਼ੀ ਪਾਏ ਜਾਣਗੇ ਉਹਨਾਂ ਦੇ ਕਾਨੂੰਨ ਮੁਤਾਬਕ ਕਾਰਵਾਈ ਹੋ ਜਾਊਗੀ ਕਿੰਨੇ ਕੁ ਬੂਟੇ ਸੜੇ ਤੇ ਕਿੰਨੇ ਕੁ ਦੁੱਧ ਕਿੱਥੇ ਲਾਈ ਗਈ ਸੀ ਬੂਟੇ ਪਿੰਡ ਦੇ ਵਿੱਚ ਉਹਨਾਂ ਦਾ ਬਾਗ ਆ ਉਹਨਾਂ ਦੀ ਆਪਣੀ ਮਾਲਕੀ ਜਗ੍ਹਾ ਅਤੇ ਬੂਟੇ ਕਾਫੀ ਸੜੇ ਆ ਜੀ ਅਤੇ ਬਾਕੀ ਹੁਣ ਜਿਹੜਾ ਪੜਤਾਲ ਤੋਂ ਬਾਅਦ ਹੀ ਪਤਾ ਲੱਗੂ ਐਗਜੈਕਟ ਨੰਬਰ ਕਿੰਨਾ ਵਾ ਇਹ ਹੁਣ ਵੈਰੀਫਿਕੇਸ਼ਨ ਤੋਂ ਬਾਅਦ ਹੀ ਪਤਾ ਲੱਗੂ ਨਾ ਵੈਰੀਫਾਈ ਕਰ ਰਹੇ ਹਾਂ ਇਸ ਗੱਲ ਨੂੰ ਵੀ ਜੇ ਉੱਥੇ ਕਿਸੇ ਨਾੜ ਨੂੜ ਸਾੜਿਆ ਜਾਂ ਉੱਦਾਂ ਕੋਈ ਸਪਾਰਕ ਨਾਲ ਅੱਗ ਲੱਗੀ ਆ ਇਹ ਸਾਰੀਆਂ ਚੀਜ਼ਾਂ ਨੂੰ ਪੜਤਾਲ ਤੋਂ ਬਾਅਦ ਹੀ ਪਤਾ ਲੱਗੂਗਾ